ਸਾਡੇ ਨਾਲ ਇਸ ਵਕਤ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਨੇਤਾ ਐਚਐਸ ਫੁਲਕਾ ਤੇ ਵਰਿਸ਼ਟ ਵਕੀਲ ਇਹਨਾਂ ਦੇ ਬਾਰੇ ਇੱਕ ਅਫਵਾਹ ਫੈਲ ਰਹੀ ਹੈ ਕਿ ਨੇ ਰਜਾਇੰਦਾ ਫੁਲਕਾ ਸਾਹਿਬ ਕੀ ਗੱਲ ਸੱਚ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਥੋਂ ਚੱਲ ਪਿਆ ਬਿਲਕੁਲ ਸਰਾਸਰ ਗਲਤ ਹੈ ਬਿਲਕੁਲ ਮਸਲ ਹੀ ਨਹੀਂ ਸਾਈਨ ਤੇੰਦਾ ਮੈਂ ਪਾਰਟੀ ਤੇ ਵਿੱਚਾਂ ਬਰੀ ਮੱਚ ਤੇ ਮੈਂ ਪਾਰਟੀ ਦਾ ਐਮਐਲਏ ਹਾਂ ਔਰ ਮੈਂ ਆਪਣੇ ਹਲਕੇ ਦੇ ਵਾਸਤੇ ਜੋ ਪੂਰੇ ਜੁੜਾ ਸ਼ੁੜਾ ਤੇ ਹੈਲਥ ਐਜੂਕੇਸ਼ਨ ਦੇ ਵਾਸਤੇ ਪ੍ਰੋਜੈਕਟ ਕਰ ਰਿਹਾ ਕਿਉਂਕਿ ਮੈਂ ਬਹੁਤ ਬਿਜ਼ੀ ਹਾਂ ਆਪਣੇ ਹਲਕੇ ਦੇ ਇਹਨਾਂ ਪ੍ਰੋਜੈਕਟਾਂ ਵਿੱਚ ਇੱਕ ਮੋਬਾਈਲ ਡਿਸਪੈਂਸਰੀ ਚਲਾਈ ਆ ਇੱਕ ਇੱਕ ਕੋਚਿੰਗ ਕਲਾਸਾਂ ਤੇ ਬਾਕੀ ਵੀ ਉਹ 84 ਦੇ ਕੇਸ ਆ ਉਹ ਵੀ ਬਹੁਤ ਜ਼ਿਆਦਾ ਇਸ ਟਾਈਮ ਪਰ ਹਨ ਕਿਉਂਕਿ ਲਗਭਗ ਰੋਜ਼ ਹੀ ਸਜਣ ਟਾਈਟਰ ਦਾ ਕੋਈ ਨਾ ਕੋਈ ਕੇਸ ਲੱਗਿਆ ਹੁੰਦਾ ਤੇ ਇਸ ਕਰਕੇ ਮੈਂ ਪਾਰਟੀ ਮੈਂ ਸਟੇਟ ਪੋਲਿਟਿਕਸ ਤੋਂ ਛੁੱਟੀ ਲਈ ਹੈ ਕਿਉਂਕਿ ਸਟੇਟ ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਚਾਹੀਦਾ ਤੁਹਾਨੂੰ ਮੈਨੂੰ ਕਿਹਾ ਕਿ ਹਾਈ ਕਮਾਂਡ ਨੂੰ ਦੱਸਿਆ ਮੈਂ ਕਿ ਬਿਲਕੁਲ ਮੈਂ ਹਾਈ ਕਮਾਂਡ ਨੂੰ ਇਹ ਗੱਲ ਦੱਸੀ ਹੈ। ਤੋਂ ਇਸੇ ਕਰਕੇ ਮੈਂ ਕਾਫੀ ਦਿਨ ਤੋਂ ਦੇਖਿਆ ਹੋਇਆ ਹੈਗਾ ਮੈਂ ਕਿਸੇ ਸਟੇਟ ਦੀ ਮੀਟਿੰਗ 'ਚ ਜਾਂ ਗੁਰਦਾਸਪੁਰ ਇਲੈਕਸ਼ਨ 'ਚ ਕਿਸੇ ਨਹੀਂ ਗਿਆ ਅਤੇ ਆਪਣੇ ਕੰਮ ਤੇ ਕੰਸੈਂਟਰੇਟ ਕਰ ਰਿਹਾ ਹਾਂ। ਸਟੇਟ 'ਚ ਕੁਝ ਵੱਡਾ ਹੋ ਜਾਏ ਤਾਂ ਤੁਸੀਂ ਇੰਟਰਵੈਨ ਕਰੋਗੇ ਕੁਝ ਵੱਡੀ ਗੱਲ ਹੋ ਜਾਏ ਸਟੇਟ ਪਾਰਟੀ ਦੇ ਵਿੱਚ। ਦੇਖੋ ਐਸੀ ਕੋਈ ਗੱਲ ਨਹੀਂ ਹੈ। ਫਿਰ ਬਹੁਤ ਬੜੇ ਲੀਡਰ ਬੈਠੇ ਆ ਪੰਜਾਬ ਦੇ ਵਿੱਚ ਉਸ ਨੂੰ ਦੇਖਣ ਦੇਖਣ ਵਾਲੇ ਤੇ ਉਹ ਦੇਖਣਗੇ ਪੰਜਾਬ 'ਚ। ਆ ਦੂਜੀ ਗੱਲ ਖੇਰਾ ਮਾਮਲਾ ਚੱਲ ਰਿਹਾ ਹੈ। ਤੇ ਆ 빙ਾ ਵਕੀਲ ਤੋ ਤਾ ਤੁਸਮੇਨਾ ਚਾਹਵਾ ਕਿ ਸਮਨ ਕਿਤਾ ਹੈ ਉਦਾ ਕੀ ਮਤਲਬ ਹੈ ਤੇ ਖੈਰੇ ਦੇ ਮਾਮਲੇ ਤੁਹਾਡਾ ਕੀ ਸਟੈਂਡ ਹੈ ਦੇਖੋ ਗੱਲ ਇਹ ਆ ਕਿ ਮੈਂ ਹੁਣ ਇੱਕ ਆਲਟਿਵੇਟਰ ਤੇ ਵੀ ਪਾ ਦਿੱਤਾ ਕਿ ਜਦੋਂ ਮੈਂ ਸਟ੍ਰੇਟ ਪੋਲਿਟਿਕਸ ਦੇ ਵਿੱਚ ਜਿਆਦਾ ਦਖਲ ਦੇ ਹੀ ਨਹੀਂ ਰਿਹਾ ਤੋ ਇਹ ਜੋ ਐਮਐਲਏ ਆ ਤੇ ਜੋ ਪਾਰਟੀ ਫੈਸਲਾ ਕਰੇਗੀ ਮੈਂ ਉਸ ਤੇ ਨਾ ਚਾਹਾਂਗਾ ਦਿयाल ਸਿੰਘ ਕਾਲਜ ਦਾ ਨਾਮ ਬਦਲਣਾ ਵੰਦੇ ਮਾਤਨ ਕਰਨ ਦੀ ਪ੍ਰਸਤਾਵ ਰੱਖਿਆ ਗਿਆ ਹੈ ਸਾਰੀਆਂ ਪਾਰਟੀਆਂ ਵਿਰੋਧ ਕਰ ਨੇ ਆਮ ਆਦੀ ਪਟੋ ਵਾਲੇ ਕੀ ਸਟੈਂਡ ਹੈ ਅ ਦੇਖੋ ਆਮ ਆਦੀ ਪਾਰਟੀ ਦੀ ਤਾਂ ਮੈਂ ਨਹੀਂ ਇਸ ਟਾਈਮ ਗੱਲ ਕਰੂੰਗਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਮੈਂ ਪਰ ਆਪਣੇ ਲੈਵਲ ਦੇ ਉਤੇ ਕਹਿ ਰਿਹਾ ਬਹੁਤ ਹੀ ਗਲਤ ਗੱਲ ਆ ਜੋ ਕਿ ਇਹ ਇਹਨਾਂ ਨੇ ਨਾਮ ਬਦਲਿਆ ਇੱਕ ਤਰ੍ਹਾਂ ਦੀ ਇਹ ਕਾਲਜ ਦੇ ਫਾਊਂਡਰ ਦੀ ਇਨਸਲਟ ਆ ਤੇ ਜੇਕਰ ਇਹਨਾਂ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਅਸੀਂ ਇਹਨੂੰ ਜਾ ਕੇ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਇਸੇ ਸਾਡੇ ਨਾਲ ਐਚਐਸ ਫੁਲਕਾ ਜੀ ਨੇ ਕਿਹਾ ਕਿ ਦਿਆਲ ਸਿੰਘ ਕਾਲਜ ਦਾ ਜੇਕਰ ਨਾਮ ਆ ਉਹ ਨਹੀਂ ਰੱਖਿਆ ਗਿਆ ਪਰ ਨਾਮ ਚੇਂਜ ਕਰਨ ਦਾ ਪ੍ਰਸਤਾਵ ਵਾਪਸ ਨਹੀਂ ਲਿਆ ਤਾਂ ਕਾਨੂੰਨੀ ਲੜਾਈ ਵੀ ਲੜੀ ਜਾਏਗੀ ਹਾਈ ਕੋਰਟ ਚ ਦੇ ਮਾਮਲੇ ਚ ਪਟੀਸ਼ਨ ਪਾਈ ਜਾਏਗੀ ਨਿਤਿੰਦਿਵਾਨ ਜੀ ਮੀਡੀਆ ਦਿੱਲੀ